Gilz Mentor ਦੇ official e-learning platform ਤੇ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਕਰ ਰਿਹਾ ਹਾਂ। PPCS ਨੇ ਹੁਣੇ-ਹੁਣੇ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਵੱਡੀ ਜਾਣਕਾਰੀ ਹੈ? ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰਾਂਗੇ। ਦੱਸਣਾ ਚਾਹੁੰਦੇ ਹਾਂ ਕਿ PPCS ਦੁਆਰਾ ਪ੍ਰਿੰਸੀਪਲ, ਹੈਡਮਾਸਟਰ, BPO ਦੇ ਜੋ ਪੇਪਰ ਕੰਡਕਟ ਕੀਤੇ ਜਾਣੇ ਨੇ, ਉਹਨਾਂ ਦੇ ਸੰਬੰਧ ਵਿੱਚ ਇੰਪੋਰਟੈਂਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਦਾ ਜੋ ਪੇਪਰ ਦੇ ਸ਼ੈਡਿਊਲ ਪਲੱਸ ਸੈਂਟਰ ਵੈਨਿਊ ਜਾਰੀ ਕਰ ਦਿੱਤਾ ਹੈ ਪੂਰੀ ਜਾਣਕਾਰੀ ਦੱਸਾਂਗੇ ਔਰ ਕੀ ਕੋਵਿਡ ਦੇ ਸਬੰਧ ਵਿੱਚ ਤੁਹਾਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਤਾਂ ਇੱਕ ਸੈਕੰਡਲੀ ਗੱਲ ਹੈ ਕਿ ਪਲੀਜ਼ ਜਿੰਨੇ ਵੀ ਪ੍ਰਿੰਸੀਪਲ ਹੈਡਮਾਸਟਰ ਬੀਪੀਓ ਦਾ ਜੋ ਪੇਪਰ ਦੇਣ ਜਾ ਰਹੇ ਨੇ ਤੁਹਾਡੇ ਲਈ ਬਿਲਕੁਲ ਫ੍ਰੀ ਦੇ ਵਿੱਚ ਟੈਸਟ ਸੀਰੀਜ਼ ਔਰ ਫ੍ਰੀ ਦੇ ਵਿੱਚ ਰੀਜ਼ਨਿੰਗ ਦੀਆਂ ਕਲਾਸਿਸ ਤੁਸੀਂ ਲਾ ਲਓ ਦੋ ਦਿਨ ਲਗਾਤਾਰ ਤੁਹਾਡੀਆਂ ਮੈਰਾਥਨ ਕਲਾਸਿਸ ਅਵੇਲੇਬਲ ਹੋਣਗੀਆਂ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਗਰੁੱਪ ਦਿੱਤਾ ਗਿਆ ਉਸ ਗਰੁੱਪ ਨੂੰ ਜੁਆਇਨ ਕਰ ਲਓ ਸਰ ਔਰ ਤੁਹਾਨੂੰ ਉੱਥੇ ਟਾਈਮ ਟੂ ਟਾਈਮ ਕਲਾਸਿਸ ਅਸੀਂ ਅਵੇਲੇਬਲ ਕਰਾਵਾਂਗੇ ਔਰ ਬਿਲਕੁਲ ਤੁਹਾਡੇ ਡਾਊਟਸ ਜੋ ਵੀ ਚੈਪਟਰ ਚ ਡਾਊਟ ਹੈ ਬਿਲਕੁਲ ਫ੍ਰੀ ਤੁਹਾਨੂੰ ਕਲੀਅਰ ਕਰਾਵਾਂਗੇ ਕੋਈ ਵੀ ਡਾਊਟ ਹੈ ਕਿਤੇ ਵੀ ਦਿੱਕਤ ਹੈ ਤੁਸੀਂ ਆਸਾਨੀ ਨਾਲ ਸਾਨੂੰ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਸਟੱਡੀ ਮਟੀਰੀਅਲ ਦੀ ਜ਼ਰੂਰਤ ਹੈ ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ ਤੁਹਾਨੂੰ ਬਿਲਕੁਲ ਫ੍ਰੀ ਚ ਦਿੱਤਾ ਜਾਏਗਾ ਤਾਂ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਵੇਖਦੇ ਹਾਂ ਵਧੇਰੀ ਜਾਣਕਾਰੀ ਕੀ ਕੁਝ ਹੈ ਇਹ ਨੋਟੀਫਿਕੇਸ਼ਨ ਹੈਗਾ ਵਾ ਜਿਹੜਾ ਹੁਣੇ-ਹੁਣੇ ਜਾਰੀ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਹੈ ਕਿ ਇਹਨਾਂ ਨੇ ਕਿਹਾ ਕਿ ਫਾਈਂਡ ਯੋਰ ਰੂਮ ਐ ਸਭ ਤੋਂ ਇੱਕ ਚੀਜ਼ ਦੇਖਣਾ ਕਿ ਸੈਂਟਰ ਨੇ ਇਹਨਾਂ ਦਾ ਰਾਇਤ 12 ਯੂਨੀਵਰਸਿਟੀ ਖਰੜ ਹੈ ਖਰੜ ਦੇ ਵਿੱਚ ਤੁਹਾਨੂੰ ਸੈਂਟਰ ਦਿੱਤਾ ਗਿਆ ਹੈ ਜੋ ਕਿ ਬਲੌਕ ਨੰਬਰ 1 6 ਤਰੀਕ ਸੰਡੇ ਦਾ ਦਿਨ ਹੈ ਔਰ ਸਭ ਤੋਂ ਪਹਿਲਾਂ ਦੇਖਣਾ ਹੈ ਕਿ ਰੋਲ ਨੰਬਰ ਹੈ ਉਹ ਰੋਲ ਨੰਬਰ ਦੇ ਨਾਲ ਟੋਟਲ ਕੈਂਡੀਡੇਟਸ 24 ਬੈਠਣਗੇ ਰਿਪੋਰਟਿੰਗ ਟਾਈਮ 9:30 ਵਜੇ ਹੈ ਔਰ ਇਹਨਾਂ ਨੇ ਕਿਹਾ ਸਵੇਰ 9 ਯਾਨੀ 9:15 ਤੋਂ ਲੈ ਕੇ 9:35 ਤੱਕ ਤੁਹਾਡੀ ਰਿਪੋਰਟਿੰਗ ਐਂਡ ਹੋ ਜਾਣੀ ਹੈ ਐਂਟਰੀ ਗੇਟ ਨੰਬਰ 1 ਹੈ ਐਂਟਰੀ ਨੰਬਰ ਗੇਟ ਨੰਬਰ 1 ਤੇ ਤੁਸੀਂ ਦੇਖ ਲਓ ਟੋਟਲ ਕੈਂਡੀਡੇਟ 405 ਹੈ ਇਸ ਤੋਂ ਇਲਾਵਾ ਜੇ ਗੱਲ ਕਰਦੇ ਆਂ ਆਪਾਂ ਬਲਾਕ ਨੰਬਰ 2 ਦੇ ਵਿੱਚ ਹੈ ਇਹ ਵੀ 6 ਤਰੀਕ ਨੂੰ ਪੇਪਰ ਹੈ ਸੇਮ ਹੀ ਡਿਰੂਸ਼ਨ ਹੈ ਇਹ ਰੋਲ ਨੰਬਰ ਚੈੱਕ ਕਰ ਲਓ ਪਲੀਜ਼ ਇਸ ਜਾਣਕਾਰੀ ਨੂੰ ਮੇਰੀ ਬੇਨਤੀ ਹੈ ਜਰੂਰ ਸਾਂਝਾ ਕਰ ਦਿਓ ਠੀਕ ਹੈ 312 ਕੈਂਡੀਡੇਟਸ ਨੇ ਇੱਥੇ ਠੀਕ ਹੈ ਇਸ ਤੋਂ ਇਲਾਵਾ ਗੱਲ ਕਰਦੇ ਆਂ ਤਾਂ ਬਲਾਕ ਨੰਬਰ 3 ਦੇ ਵਿੱਚ ਹੈ ਸੇਮ ਡੇਟ ਨੂੰ ਪੇਪਰ ਹੋਣਾ ਹੈ ਤੁਹਾਡਾ ਗੇਟ ਨੰਬਰ 1 ਦੇ ਵਿੱਚ ਹੈ ਬਲਾਕ 2 ਚ 228 ਕੈਂਡੀਡੇਟਸ ਨੇ ਇਸ ਤੋਂ ਲਾਵਾ ਆਪਾਂ ਦੇਖਦੇ ਆਂ ਤੀਜੀ स्लॉट ਦੇ ਵਿੱਚ ਹੈ ਬਾਕੀ ਇਹਨਾਂ ਨੇ ਇੱਕ ਚੀਜ਼ ਹੋਰ ਵੀ ਕਹੀ ਹੈ ਠੀਕ ਹੈ ਇਹ ਵੀ ਚੀਜ਼ ਖਿਆਲ ਰੱਖਣੀ ਹੈ ਕਿ ਕੋਵਿਡ ਦੇ ਸਬੰਧ ਵਿੱਚ ਇੰਪੋਰਟੈਂਟ ਤੁਹਾਨੂੰ ਇੱਕ ਮੇਲ ਵੀ ਆ ਚੁੱਕੀ ਹੈ ਹਦਾਇਤਾਂ ਵੀ ਆ ਚੁੱਕੀਆਂ ਪਲੀਜ਼ ਚੈੱਕ ਕਰ ਲਓ ਠੀਕ ਹੈ ਜੋ ਕਿ ਬਲਾਕ ਨੰਬਰ 4 ਦੇ ਵਿੱਚ ਹੈ ਰੋਲ ਨੰਬਰ ਤੁਹਾਨੂੰ ਦਿੱਤੇ ਗਏ 150 ਕੈਂਡੀਡੇਟ ਹੋਣਗੇ ਟਾਈਮਿੰਗ ਥੋੜਾ ਇੱਥੇ ਚੇਂਜ ਕੀਤਾ ਗਿਆ ਥੋੜਾ ਇਹ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਹੈ ਕਿ ਟਾਈਮਿੰਗ ਥੋੜਾ ਥੋੜਾ ਚੇਂਜ ਕੀਤਾ ਗਿਆ ਜਿਵੇਂ ਇੱਥੇ ਦੱਸਾਂਗੇ ਅਸੀਂ ਕਿ ਬਲਾਕ ਨੰਬਰ 3 ਦੇ ਵਿੱਚ ਬਲਾਕ ਨੰਬਰ 3 ਦੇ ਵਿੱਚ ਰੋਲ ਨੰਬਰ ਅਗਰ ਤੁਸੀਂ ਚੈੱਕ ਕਰੋਗੇ ਨਾ ਰੋਲ ਨੰਬਰ ਤੁਹਾਡੇ ਹੈਗੇ ਆ ਯਾਨੀ 10758 ਤੋਂ ਜੋ ਕਿ ਟੋਟਲ 24 ਕੈਂਡੀਡੇਟਸ ਨੇ ਇਹਨਾਂ ਦਾ ਸਵੇਰੇ 9:35 ਤੋਂ 9:55 ਦਾ ਟਾਈਮ ਦਿੱਤਾ ਗਿਆ ਹੈ ਖਿਆਲ ਕਰਨਾ ਜਰਾ ਫਿਰ ਉਸ ਤੋਂ ਇਲਾਵਾ ਅਗਲੇ ਜਿਹੜੇ 955 ਤੋਂ ਇਹਨਾਂ ਟਾਈਮ ਦਿੱਤਾ ਗਿਆ ਸਵਾ 10 ਦਾ ਰਿਪੋਰਟਿੰਗ ਚੇਂਜ ਹੋ ਗਈ ਹੈ ਫਿਰ ਯਾਨੀ 10846 ਰੋਲ ਨੰਬਰ ਦੇ ਕੈਂਡੀਡੇਟਸ ਤੋਂ ਸ਼ੁਰੂ ਹੋ ਕੇ 24 ਕੈਂਡੀਡੇਟ ਦਾ ਸਵਾ ਯਾਨੀ 10:35 ਮਿੰਟਾਂ ਤੋਂ ਰਿਪੋਰਟਿੰਗ ਟਾਈਮ ਸ਼ੁਰੂ ਹੋਏਗੀ ਤੇ ਟਾਈਮਿੰਗ ਥੋੜੀ ਚੇਂਜ ਹੁੰਦੀ ਜਾ ਰਹੀ ਹੈ ਮੈਂ ਇਸ ਕਰਕੇ ਇਸ ਨੂੰ ਇੰਪੋਰਟੈਂਟ ਅਪਡੇਟ ਮੰਨਦਾ ਹਾਂ ਕਿਉਂਕਿ ਇਸ ਵਕਤ ਕਿਉਂਕਿ ਜਿਹੜੇ ਵੀ ਐਕਚੁਅਲ ਦੇ ਵਿੱਚ ਆਲਰੇਡੀ ਡਿਊਟੀ ਕਰ ਰਹੇ ਨੇ ਟੀਚਰਸ ਜਿਨ੍ਹਾਂ ਨੇ ਪੇਪਰ ਦੇਣ ਜਾਣਾ ਹੈ ਸਵਭਾਵੀ ਗੱਲ ਹੈ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਰਾਲਾ ਕਰਕੇ ਜਾਣਾ ਪਏਗਾ ਟਾਈਮਿੰਗ ਪਲੀਜ਼ ਤੁਸੀਂ ਜ਼ਰੂਰ ਚੈੱਕ ਕਰ ਲਓ ਮੇਰੀ ਸਕਰੀਨ ਤੇ ਅਵੇਲੇਬਲ ਹੈ ਔਰ ਜਿੰਨੇ ਵੀ ਆਦਰ ਪਲੀਜ਼ ਦੇਖ ਰਹੇ ਹੋ ਚਾਹ ਆਪਣੇ ਰੈਲੇਵੈਂਟ ਵੀ ਨਹੀਂ ਹੈ ਤਾਂ ਲੇਕਿਨ ਪਲੀਜ਼ ਮਨੁੱਖਤਾ ਦੇ ਨਾਤੇ ਜ਼ਰੂਰ ਇਹਨੂੰ ਸ਼ੇਅਰ ਕਰਨਾ ਅੱਗੇ ਤਾਂ ਕਿ ਜਾਣਕਾਰੀ ਕਿਸੇ ਨਾ ਕਿਸੇ ਤੱਕ ਪਹੁੰਚੇਗੀ ਇਹ ਸਭ ਤੋਂ ਇੰਪੋਰਟੈਂਟ ਅਪਡੇਟ ਹੈ ਇਹ ਇਹਨਿੰਗਾ ਕਿ ਸੀਜੇ ਸਵਾ ਆਪਾਂ 9:00 ਵਜੇ 5:00 ਕੇ 9:35 ਤੱਕ ਹੋ ਜਾਏਗਾ ਰੋਲ ਨੰਬਰਾਂ ਦੀ ਵਿੱਚ ਵਿੱਚ ਤੁਸੀਂ ਗੇਟ ਨੰਬਰ ਤੁਹਾਨੂੰ ਦਿੱਤਾ ਹੈ ਪਲੱਸ ਤੁਹਾਡੀ ਟਾਈਮਿੰਗ ਚੇਂਜ ਹੈ ਠੀਕ ਹੈ ਜੀ ਇਹਨੂੰ ਪਲੀਜ਼ ਧਿਆਨ ਨਾਲ ਗੌਰ ਨਾਲ ਦੇਖੋ ਤੇ ਇੱਥੋਂ ਸਾਨੂੰ ਇੱਕ ਚੀਜ਼ ਇਹ ਵੀ ਪਤਾ ਲੱਗਦੀ ਹੈ ਕਿ ਟੋਟਲ ਕੈਂਡੀਡੇਟਸ ਕਿੰਨੇ ਪੇਪਰ ਦੇਣ ਬੈਠਦੇ ਨੇ ਟੋਟਲ ਕਿੰਨੇ ਕੈਂਡੀਡੇਟਸ ਪੇਪਰ ਦੇਣ ਬੈਠਦੇ ਨੇ ਫਿਰ ਸੈਕਿੰਡ ਇੱਕ ਥਰਡ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਦੇਣੀ ਹੈ ਕਿ ਤੁਹਾਡੇ ਸੈਂਟਰ ਚੇਂਜ ਨੇ ਇਹ ਧਿਆਨ ਰੱਖਣਾ ਹੈ ਆਪਣੇ ਰੋਲ ਨੰਬਰ ਧਿਆਨ ਰੱਖਣਾ ਹੈ ਸੈਂਟਰ ਨੰਬਰ 2 ਇਹ ਕਿੱਥੇ ਹੋਏਗਾ ਜਤਿੰਦਰ ਵੀਰ ਠੀਕ ਹੈ ਜਤਿੰਦਰ ਵੀਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਐਸਐਸਏ ਨਗਰ ਮੁਹਾਲੀ ਵਿਖੇ ਯਾਦ ਰੱਖੋ ਜਿਹੜਾ ਮੁਹਾਲੀ ਵਿਖੇ ਤੁਹਾਡਾ ਪੇਪਰ ਹੋਣਾ ਇਹੇ ਇਦੇ ਦਾ ਡੇਟ ਆਫ ਐਗਜ਼ਾਮ 6 ਦਸੰਬਰ ਹੈ ਠੀਕ ਹੈ ਜੀ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਜਾਣਕਾਰੀ ਤੁਹਾਡੇ ਕੋਲੇ ਕਿ ਸਵੇਰੇ ਰਿਪੋਰਟਿੰਗ ਸਟਾਰਟ ਹੈ ਤੇ ਤੁਹਾਡੀ ਰਿਪੋਰਟਿੰਗ ਕਿੰਨੇ ਵਜੇ 10:55 ਮਿੰਟ ਤੋਂ ਲੈ ਕੇ 11:15 ਮਿੰਟ ਤੱਕ ਤੁਹਾਡੀ ਰਹਿਣੀ ਹੈ ਪਲੀਜ਼ ਇਸ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਪੀਪੀਐਸਸੀ ਪ੍ਰਿੰਸੀਪਲ ਹੈਡਮਾਸਟਰ ਵਾਸਤੇ ਮੈਂ ਖੁਦ ਯਾਨੀ ਲਗਾਤਾਰ 5-5 ਘੰਟਿਆਂ ਦੀ ਕਲਾਸ ਪੜ੍ਹਾਉਂਗਾ ਤੁਸੀਂ ਠੀਕ ਹੈ ਕੱਲ ਤੋਂ ਸ਼ੁਰੂ ਹੈ ਕੱਲ ਸਾਰਾ ਦਿਨ ਤੁਹਾਨੂੰ ਮੈਂ ਰੀਜ਼ਨਿੰਗ ਪੜ੍ਹਾਉਂਗਾ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਪਾ ਦਿਓ ਸਾਰੇ ਜਣ ਕੱਲ ਸਾਰਾ ਦਿਨ ਯਾਨੀ ਕੋਈ ਕਲਾਸ ਨਹੀਂ ਹੋਏਗੀ ਇਸ ਤੋਂ ਸਭ ਸਿਰ ਤੁਹਾਡੇ ਲਈ ਰੀਜ਼ਨਿੰਗ ਕਲਾਸ ਹੋਏਗੀ ਸਾਰੇ ਟੌਪਿਕਸ ਕਲੀਅਰ ਕਰਾਵਾਂਗਾ ਪੂਰਾ ਮੈਂ ਲਗਾਤਾਰ 5-6 ਘੰਟੇ ਤੁਹਾਨੂੰ ਪੜਾਵਾਂਗਾ ਜਿਹੜੇ ਔਰ ਗਾਰੰਟੀ ਨਾਲ ਕਹਾਂਗਾ ਉੱਥੋਂ ਇੱਕ ਸਿੰਗਲ ਚੀਜ਼ ਵੀ ਆਊਟ ਨਹੀਂ ਹੋਏਗੀ ਠੀਕ ਹੈ ਪਲੀਜ਼ ਤੁਸੀਂ ਧਿਆਨ ਰੱਖਣਾ ਜਾਣਕਾਰੀ ਜ਼ਰੂਰ ਸ਼ੇਅਰ ਕਰ ਦੇਣੀ ਹੈ ਟੋਟਲ ਜਿੰਨੇ ਕੈਂਡੀਡੇਟਸ ਦੇਖ ਸਕਦੇ ਆ ਸੈਂਟਰ ਨੰਬਰ ਤੀਜਾ ਫਿਰ ਬਦਲਤਾ ਇਹਨਾਂ ਨੇ ਇਹਨਾਂ ਨੇ ਲਾਂਡਰਾਂ ਵਿਖੇ ਲਾਂਡਰਾਂ ਵਿਖੇ ਇੰਜੀਨੀਅਰ ਕਾਲਜ ਦੇ ਵਿੱਚ ਸੈਂਟਰ ਪਾਇਆ ਹੈ ਧਿਆਨ ਰੱਖੋ ਇਸ ਚੀਜ਼ ਨੂੰ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਟੀਚਰਸ ਨੂੰ ਇਹ ਸੀਗਾ ਕਿ ਸ਼ਾਇਦ ਤੱਕ ਪੰਜਾਬੀ ਯੂਨੀਵਰਸਿਟੀ ਵਿਖੇ ਪੇਪਰ ਆਪਣਾ ਕੰਡਕਟ ਕੀਤਾ ਜਾਏਗਾ ਪਰ ਇਸ ਵਾਰ ਜੋ ਕਿ ਪੀਪੀਐਸਸੀ ਨੇ ਪੇਪਰ ਸ਼ਡਿਊਲ ਚੇਂਜ ਕਰ ਰਿਹਾ ਅਲੱਗ-ਅਲੱਗ ਜਗ੍ਹਾ ਤੇ ਪਾਇਆ ਗਿਆ ਠੀਕ ਹੈ ਜੀ ਔਰ ਕੈਂਡੀਡੇਟਸ ਦੀ ਕਾਫੀ ਸੰਖਿਆ ਛੋਟੀ ਮੋਟੀ ਸੰਖਿਆ ਨਹੀਂ ਕਿ ਕੈਂਡੀਡੇਟਸ ਦੀ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਹਾਂ ਤੀਜਾ ਸੈਂਟਰ ਹੀ ਉੱਥੇ ਲਾਂਡਰਾਂ ਵਿਖੇ ਹੈ ਟਾਈਮਿੰਗ ਅਲੱਗ-ਅਲੱਗ ਸਲੋਟ ਦੇ ਵਿੱਚ ਹੈ ਇਹਨੂੰ ਪਲੀਜ਼ ਧਿਆਨ ਰੱਖ गौर ਕਰਨਾ ਵਾ ਠੀਕ ਹੈ ਜੀ ਹਾਂਜੀ ਬਿਲਕੁਲ 6 ਦਸੰਬਰ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਕਮੈਂਟ ਬਾਕਸ ਦੇ ਵਿੱਚ ਮੁਹੀਮ ਆਪਣੀ ਕੰਟੀਨਿਊ ਬਣਾਉਂਦੇ ਰਹਿਣਾ ਹੈ ਸੈਂਟਰ ਨੰਬਰ ਚੌਥੇ 'ਚ ਆਜੋ ਚੌਥਾ ਸੈਂਟਰ ਹੈਗਾ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਠੀਕ ਆ ਰਾਮਨਗਰ ਨੀਅਰ ਬਨੂੜ ਉਹ ਬਾਹਰਲੇ ਪਾਸੇ ਹੋ ਗਿਆ ਜਿੱਧਰੋਂ ਕੁਕੜੀਆਂ ਕਕੜੀਆਂ ਆਈਆਂ ਬਾਲੀਆਂ ਰੱਖੀਆਂ ਹੁੰਦੀਆਂ ਠੀਕ ਹੈ ਜੀ ਉਧਰਲੇ ਪਾਸੇ ਧਿਆਨ ਰੱਖਿਓ ਉੱਥੇ ਵੀ ਕਈਆਂ ਦੇ ਸੈਂਟਰ ਪਾਏ ਗਏ ਨੇ ਟੀਚਰਾਂ ਨੂੰ ਉੱਥੇ ਜਾਣਾ ਪਏਗਾ ਆਪਣਾ ਪੇਪਰ ਦੇਣ ਵਾਸਤੇ ਪ੍ਰਿੰਸੀਪਲ ਬਣਨਾ ਜੀ ਨੇ ਪਲੀਜ਼ ਇਹ ਸਾਰੀ ਚੀਜ਼ ਜਾਣਕਾਰੀ ਦੇਖ ਲਓ ਸਕਰੀਨ ਤੇ ਦਿਖਾ ਰਿਹਾ ਹਾਂ بار بار ਦਿਖਾ ਰਿਹਾ ਹਾਂ ਇਸ ਕਰਕੇ ਤਾਂਕੀ ਕੋਈ ਵੀ ਜਾਣਕਾਰੀ ਵੱਖਰੀ ਨਾ ਰਹਿ ਜਾਵੇ ਕਈ ਵਾਰ ਪੀਪੀਐਸਸੀ ਦੀ ਸਾਈਟ ਜ਼ਿਆਦਾ ਟਾਈਮ ਬਿਜੀ ਹੁੰਦੀ ਹੈ ਤੁਸੀਂ ਡਾਊਨਲੋਡ ਨਹੀਂ ਕਰ ਸਕਦੇ ਤਾਂ ਮੈਂ ਇਸ ਪੂਰੇ ਦੇ ਪੂਰੇ ਜਿੰਨੇ ਵੀ ਰੋਲ ਨੰਬਰ ਦੇ ਸਲੋਟ ਹੈ ਨਾ ਉਹਨਾਂ ਮੈਂ ਇਸ ਵੀਡੀਓ ਦੇ ਕਮੈਂਟ ਬਾਕਸ 'ਚ ਅਟੈਚ ਕਰ ਦਾਂਗਾ ਸੈਂਟਰ ਨੰਬਰ ਪੰਜਵਾਂ ਖਿਆਲ ਰੱਖੋ ਇਹ ਹੈਗਾ ਤੁਹਾਡੇ ਕੋਲ ਸਕਾਲਰਸ ਪਬਲਿਕ ਸਕੂਲ ਪਟਿਆਲਾ ਚੰਡੀਗੜ੍ਹ ਬਾਈਪਾਸ ਰੋਡ ਰਾਜਪੁਰਾ ਇੱਥੇ ਪੰਜਵੇਂ ਨੂੰ ਪਲੀਜ਼ ਧਿਆਨ ਰੱਖੋ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਵਾਇਰਲ ਕਰ ਦਿਓ ਉੜਾ ਦਿਓ ਠੀਕ ਹੈ ਜੀ ਜਿੱਥੋਂ ਤੱਕ ਪਹੁੰਚਾ ਸਕਦੇ ਹਾਂ ਸੈਂਟਰ ਪੰਜਵਾਂ ਠੀਕ ਹੈ ਜੀ ਸੈਂਟਰ ਅੱਗੇ ਹੋਰ ਚੇਂਜ ਹੋ ਰਹੇ ਨੇ ਉਹਨਾਂ ਦੀ ਜਾਣਕਾਰੀ ਵੀ ਦੱਸ ਦਾਂਗਾ ਟਾਈਮਿੰਗ ਸਲੋਟ ਮੈਂ ਦੱਸਤਾ ਵਾ 9 ਤੋਂ ਲੈ ਕੇ 9:35 ਦਾ ਹੈ ਫਿਰ 9:35 ਤੋਂ 9:55 9:55 ਤੋਂ 10:10 ਹੈ ਫਿਰ ਯਾਨੀ 10:10 ਤੋਂ 11:35 ਹੈ 10:35 ਤੋਂ 11:15 ਦਾ ਟਾਈਮ ਤੁਹਾਨੂੰ ਦੇ ਰੱਖਿਆ ਹੈ ਠੀਕ ਹੈ ਸੈਂਟਰ ਨੰਬਰ 6ਵਾਂ ਬਹਾਦਰਗੜ ਪਟਿਆਲਾ ਵਿਖੇ گورਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ ਪਟਿਆਲਾ ਪਟਿਆਲਾ ਦੇ ਨੇੜੇ ਪਹੁੰਚ ਗਿਆ ਚੰਡੀਗੜ੍ਹ ਤੋਂ ਘੁੰਮਦੇ ਘੁੰਮਦੇ ਤੁਸੀਂ ਠੀਕ ਹੈ ਜੀ ਇਹ ਵੀ ਧਿਆਨ ਰੱਖੋ 6ਵਾਂ ਸੈਂਟਰ ਤੁਹਾਡਾ ਆ ਚੁੱਕਿਆ ਸਾਡੇ ਕੋਲੇ ਇਹ 7ਵਾਂ ਸੈਂਟਰ ਪਹੁੰਚ ਚੁੱਕਿਆ ਚੰਡੀਗੜ੍ਹ ਯੂਨੀਵਰਸਿਟੀ ਠੀਕ ਹੈ ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ ਵਿਖੇ ਤੁਸੀਂ ਪਹੁੰਚ ਗਏ ਹੋ ਠੀਕ ਹੈ ਜੀ ਇੱਥੇ ਵੀ ਖਿਆਲ ਰੱਖਣਾ ਕਿ ਤੁਹਾਡੇ ਸੇਮ ਰੋਲ ਨੰਬਰਾਂ 게ਟ ਨੰਬਰ ਤੁਹਾਨੂੰ ਦੇ ਰੱਖਿਆ ਹੈ ਸ਼ਿਫਟ ਤੁਹਾਡੀਆਂ ਸੇਮ ਸ਼ਿਫਟਾਂ ਦੇ ਰੱਖੀਆਂ 6 ਤਰੀਕ ਨੂੰ ਪੇਪਰ ਕੰਡ ਕਾਫੀ ਕੈਂਡੀਡੇਟਸ ਨੇ ਛੋਟੇ-ਮੋਟੇ ਕੈਂਡੀਡੇਟ ਨਹੀਂ ਹੈ ਠੀਕ ਹੈ ਜੀ ਚਲੋ ਜੀ ਇਸ ਤੋਂ ਬਾਅਦ ਸੈਂਟਰ ਪਹੁੰਚਦੇ ਆਪਾਂ ਅਗਲੇ ਸੈਂਟਰ ਚਲਦੇ ਆਂ ਅਗਲਾ ਸੈਂਟਰ 7ਵੇਂ ਤੋਂ ਬਾਅਦ ਤੁਹਾਡਾ ਸੈਂਟਰ ਆ ਜਾਏਗਾ ਅਗਲਾ 8ਵਾਂ ਸੈਂਟਰ ਹੈਗਾ ਵਾ ਠੀਕ ਹੈ ਤੁਹਾਨੂੰ ਦੇ ਰੱਖਿਆ ਕਿ ਸਰਸਵਤੀ ਪ੍ਰੋਫੈਸ਼ਨਲ ਐਂਡ ਹਾਇਰ ਐਜੂਕੇਸ਼ਨ ਕਾਲਜ ਆਫ ਨਰਸਿੰਗ ਠੀਕ ਹੈ ਇਹ ਵੀ ਮੁਹਾਲੀ ਵਿੱਚ ਤੁਹਾਡਾ ਪੇਪਰ ਹੋਣਾ ਹੈ ਇਹ ਵੀ ਮੁਹਾਲੀ ਵਿੱਚ ਤੁਹਾਡਾ ਪੇਪਰ ਹੋਣਾ ਹੈ ਪਲੀਜ਼ ਇਹ ਸਾਰੀ ਜਾਣਕਾਰੀ ਹਾਲਾਂਕਿ ਦੇਖੋ 100 ਪੇजेस ਨੇ ਇਹਦੀ ਪੂਰੀ ਜਾਣਕਾਰੀ ਮੈਂ ਤੁਹਾਨੂੰ ਜਸਟ ਹੀ ਇਸ ਵੀਡੀਓ ਦੇ ਕਮੈਂਟਸ ਅਟੈਚ ਕਰ ਰਿਹਾ ਆ ਪਲੀਜ਼ ਇਸ ਜਾਣਕਾਰੀ ਨੂੰ ਸ਼ੇਅਰ ਕਰ ਦਿਓ ਕੱਲ ਯਾਨੀ ਕੰਪਲੀਟ ਮੈਂ ਸਵੇਰੇ 10:30 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਕੰਟੀਨਿਊ ਰੀਜ਼ਨਿੰਗ ਪੜਾਵਾਂਗਾ ਪੂਰਾ ਦਿਨ ਰੀਜ਼ਨਿੰਗ ਚੱਲੇਗੀ ਜਿੰਨੇ ਵੀ ਤੁਹਾਡੇ ਪੇਪਰ ਹਨ ਸਾਰੇ ਪੇਪਰਾਂ ਵਾਸਤੇ ਨੇਰਾ ਠਾਦਾਂਗੇ ਚਾ ਵਕਫਾ ਬੋਰਡ ਦੇ ਵੀ ਹੈ ਸਾਰਿਆਂ ਤੱਕ ਸ਼ੇਅਰ ਕਰ ਦਿਓ ਵਕਫਾ ਬੋਰਡ ਪੀਪੀਐਸਸੀ ਪ੍ਰਿੰਸੀਪਲ ਹੈਡਮਾਸਟਰ ਬੀਪੀਓ ਵਾਲਾ ਵਾਸਤੇ ਕੱਲ ਲੰਗਰ ਲੱਗੇਗਾ ਪਲੀਜ਼ ਸਭ ਲੋਕਾਂ ਨੇ ਪਹੁੰਚਣਾ ਹੈ ਮੇਰੀ ਬੇਨਤੀ ਹੈ ਬਹੁਤ ਮਿਹਨਤ ਕਰਕੇ ਇੱਕ ਇੱਕ ਸਵਾਲ ਚੁੱਕ ਕੇ ਲਿਆਵਾਂਗੇ ਕੰਟੀਨਿਊ ਤੁਸੀਂ ਪੜਦੇ ਰਹੋ ਖੁਸ਼ ਰਹੋ ਆਪਣਾ ਖਿਆਲ ਰੱਖੋ ਧੰਨਵਾਦ